ਇਧਰੋਂ ਕ੍ਰਾਸ ਕਰਦੀ ਪਈ ਹੈ। ਮੇਨ ਤੋਂ ਜਾਂਦੀ ਹੈ, ਫਸਟ ਟਾਈਮ ਦੇਖਿਆ ਜੀ ਇਹ ਲੂਪ ਤੋਂ ਕ੍ਰਾਸ ਕਰਦੇ ਜੰਕਸ਼ਨ ਛੱਡ ਦਿੱਤਾ। ਹੁਣ ਅਸੀਂ ਪਹਿਲਾਂ ਤੁਹਾਨੂੰ ਮਿਲਾਂਗੇ ਲਾਹੌਰ ਜੰਕਸ਼ਨ, ਉਦੋਂ ਤੱਕ ਬਣੇ ਰਹੋ 41UP ਕਰਾਕਰਮ ਐਕਸਪ੍ਰੈਸ G40 90 ਦੇ ਨਾਲ। ਜੀ ਇਹਦੇ ਨਾਲ ਜੀ ਹੁਣ ਅਸੀਂ ਦਰਾਏ ਘਾਟੇ ਨੂੰ ਕ੍ਰਾਸ ਕਰਨ ਸੁਣੋ ਇੱਕ ਮਜ਼ੇਦਾਰ ਟਰੈਕ ਸਾਊਂਡ ਨਹਿਰ ਆ ਵੀ ਜ਼ਿਆਦਾ ਲੱਗਦਾ, ਸਾਫ ਪਾਣੀ ਕਿਤੇ ਵੀ ਨਹੀਂ ਹੈ ਜੀ, ਸਰ ਗੰਦਾ ਪਾਣੀ ਹੈ ਲਾਹੌਰ ਦਾ। ਇਹਦੇ ਨਾਲ ਜਿਹੜਾ ਬਦਰ ਐਕਸਪ੍ਰੈਸ ਨਹੀਂ ਸੀਗੀ, ਇਹ ਆਵਾਮ ਐਕਸਪ੍ਰੈਸ ਸੀਗੀ, ਆਵਾਮ ਐਕਸਪ੍ਰੈਸ। ਠੀਕ ਹੈ ਨਾਜ਼ਰੀਨ, ਨਾ ਤੁਸੀਂ ਦੇਖ ਸਕਦੇ ਰੇਲਵੇ ਟਰੈਕ ਦੇ ਨਾਲ ਨਾਲ ਬਿਲਕੁਲ ਬਹੁਤ ਕਲੋਜ਼ ਆਬਾਦੀ ਹੈਗੀ। ਪਾਰਸਲ ਐਕਸਪ੍ਰੈਸ ਜਿਹੜੀ ਕਰਾਚੀ ਤੋਂ ਲਾਹੌਰ ਦੇ ਦਰਮਿਆਨ ਚੱਲਦੀ ਹੈ, ਫੈਸਲਾਬਾਦ ਵਾਲੀ ਸਾਈਡ ਤੋਂ ਆਉਂਦੀ ਹੈ, ਜਿਹੜੀ ਲਾਹੌਰ ਕਰਾਚੀ ਜਾਂਦੀ ਹੈ ਪਾਰਸਲ ਐਕਸਪ੍ਰੈਸ, ਉਹ ਸਹੀਵਾਲ ਵਾਲੀ ਸਾਈਡ ਤੋਂ ਜਾਂਦੀ ਹੈ। ਬੋਲਣੇ ਆ ਵਾ ਅਤੇ ਮੌਸਮ ਮੈਨੂੰ ਘੋੜੀਆਂ ਪਾਉਣ ਦਿਆ ਵਾ। ਪਹੁੰਚਿਆ ਹੋਇਆ ਵਾਹਲਾ ਗੁੰਮ ਗਿਆ
ਜੀ ਤਾਂ ਨਾਜ਼ਰੀਨ ਮੇਰੇ ਕੈਮਰੇ ਦਾ ਕਮਾਲ ਚੈੱਕ ਕਰੋ ਦੇਖ ਮੌਸਮ ਹਾਏ ਬਸ ਇੰਨਾ ਕੀ ਆ ਜ਼ਿਆਦਾ ਨਹੀਂ ਕਰਨਾ ਕਮਾਲ ਇੰਨਾ ਕੀ ਦਿਖਾਈ ਦਾ ਵਾ ਹਾਂਜੀ ਸਟੋਪ ਕਰ ਲਿਆ ਜੀ ਡਰਟ ਸਟੋਪ ਹੋ ਗਿਆ ਜੀ ਇੱਥੇ ਕਿਉਂਕਿ ਪਲੇਟਫਾਰਮ ਕੋਈ ਖਾਲੀ ਨਹੀਂ ਹੈ ਗ੍ਰੀਨ ਲਾਈਨ ਅਤੇ ਤੇਜ਼ਗਾਮ ਉਸ ਤੋਂ ਬਾਅਦ ਇਲਾਮਾ ਇਕਬਾਲ ਤਿੰਨੋਂ ਇਕੱਠੀਆਂ ਆ ਗਈਆਂ ਲਾਹੌਰ